बिस्मिल्लाहिर्रहमानिर्रहीम अस्सलामुअलैकुम नाज़रीन, तुसी वेख रहे हो शहीन ऑफिशिया ते मैं तुहाडा मेज़बान शहबाज़ शहीन। असी अपने लेंदे पंजाब दे सारे दोस्तों नू चैनल दे उत्ते खुश आमदीद कहने आ, और अपने चढ़दे पंजाब दे मित्रां दा भी असी स्वागत करदे आ जिहड़े साडा चैनल वेंदे आ। ते असी तुहानू अपने चैनल दे राहीं दिखाउंदे आ अपने पंजाब दा कल्चर, अपने पंजाब दे रंग, पंजाब दी सकाफत, पंजाब दा वसेब और पंजाब दीआं खेडां। जे साडा पंजाबियों का पहला जरिया माश है जिहड़ा काश्तकारी है, और साडा दूसरा जरिया माश मवैशी पालना। तो जिहड़ा मवैशी पालना साडा जरिया माश आ, इहदे विचों बहुत सारे शौक निकलते हैं, जिन्हां दे विचों एक शौक बैल दे शिकार दा, ढग्गियां दी दौड़ दा, ढग्गियां दी रेस दा शौक आ। तो मेरे नाल इस वेले मौजूद ने जिला टोबा टेक सिंह डिवीजन फैसलाबाद लेंदे पंजाब पाकिस्तान दे महान ढग्गियां दे खिलाड़ी मियाँ कामरान साहब, और इन्हां दे वड्डे भाई मियाँ शराज साहब, हाजी रियाज साहब USA वाले, उन्हां दे खानदान दे चश्मो चिराग ने। इन्हां दा इस वेले इन्हां दे किले दे उत्ते 3 बैल ने, पंजाब दा चैंपियन बैल, कबूतर बैल और शहजादा बैल ते हीरा बैल। ते असी गल करिए जे कबूतर बैल दी, ते कबूतर बैल ने इन्हां नूं पहले भी बैल सी नीला बैल, खोखरां वाला चीना बैल, उन्हां दी वजह तो भी ये बहुत मशहूर ते मारूफ होए। लेकिन हाल की घड़ी जिहड़े 3 इन्हां दे किले ते अष्टम खड़े आ, उन्हां दे विचों कबूतर एक बहुत पापूलर और बड़ा अच्छा बैल। तो वह कुछ टाइम तो वह बीमार सीगा, ग्राउंड तो आउट सीगा। तो असी इन्हां नाल गलबात करते हैं कि हुण वह किस तरह सूरत हाल आ, उहदी किन्ना चिर आउट रहा, और पहला उन्हें किहड़े किहड़े मैदानां दे विच जित के ते कप इन्हां दे फतह इन्हां दे नाम कीती, इन्हां नूं कप दवाए, इन्हां दा पंजाब दे विच नां कीता जी। अस्सलाम वालेकुम शराज भाई। वालेकुम सलाम जी। शराज भाई, पहले असीं तुहानूं जी अपने चैनल ते वेलकम कहिंदे आ जी। शुक्रिया जी, बहुत बहुत तुहाडा, तुसीं एड्डी दूरों चल के आए ते आ के तुसीं साडे नाल कोई गल्लबात कीती, ते बहुत शुक्रिया तुहाडा। अच्छा शराज भाई, असीं गल करदे आ कि जिहड़ा कबूतर बैल आ जी, ये तुहाडा अपने घर दा सी कि जां तुसीं मुल लिया सी जी? नहीं जी, मुल लिया सी। ਇਹ ਕਦੋਂ ਦੀ ਗੱਲ ਹੈ ਜੀ? ਇਹ ਤਕਰੀਬਨ ਕੁਛ 5 ਸਾਲ ਹੋ ਗਿਆ ਜੀ ਇਹਨੂੰ ਲੈਣ। ਅੱਛਾ, ਇਹ ਆਪਣੇ ਕਿਹੜੇ ਇਲਾਕੇ 'ਚ ਲਿਆ ਸੀ ਮੁੱਲ ਜੀ? ਇਹ ਜੀ ਫਲੋਰ ਦੇ ਕੋਲ ਵੈਣੀਵਾਲ, ਉਹਨਾਂ ਕੋਲੋਂ ਲਿਆ ਸੀ ਜੀ, 12,60,000 ਦਾ। ਅੱਛਾ, ਜਦੋਂ ਤੁਸੀਂ ਲਿਆ ਸੀ ਉਦੋਂ ਇਹਦੀ ਉਮਰ ਕੀ ਸੀ ਜੀ? ਉਦੋਂ ਇਹ ਤਕਰੀਬਨ ਮੇਰਾ ਖਿਆਲ 14 ਸੀ ਜੀ। ਅੱਛਾ, ਦੌੜਦਾ ਸੀ ਪੂਰਾ ਜੀ? ਹਾਂਜੀ, ਪੂਰਾ ਦੌੜਦਾ ਸੀ, ਕੱਪ ਚੱਕਦਾ ਸੀ। ਕਿਹੜੀ ਕੰਨੀ 'ਤੇ ਦੌੜਦਾ ਸੀ ਜੀ? ਇਹ ਉੱਪਰਲੇ ਪਾਸੇ ਦੌੜਦਾ ਸੀ। ਅੱਛਾ, ਜਦੋਂ ਲਿਆ ਤੁਸੀਂ ਉਹਨਾਂ ਨੂੰ ਫੋਰਸ ਕੀਤਾ ਕਿ ਜਾਂ ਉਹਨਾਂ ਨੇ ਦੇਖਿਆ ਵੀ ਰੇਟ ਅੱਛਾ ਲੱਗਦਾ, ਕਿਸ ਤਰ੍ਹਾਂ ਸਕਰ ਸੌਦਾ ਹੋਇਆ ਜੀ? ਕਿਉਂਕਿ ਚੰਗੀ ਚੀਜ਼ ਕਿਉਂ ਵੇਚਦਾ ਵੀ ਨਹੀਂ ਛੇਤੀ? ਨਹੀਂ ਜੀ, ਉਹਨਾਂ ਨੇ ਰੇਟ ਅੱਛਾ ਲੱਗਣ ਦੀ ਵਜ੍ਹਾ ਤੋਂ ਨਾ ਫਿਰ ਵੇਚ ਦਿੱਤਾ, ਕਿਉਂ ਉਹਨਾਂ ਦਾ ਇਹ ਕੰਮ ਆ, ਕਾਰੋਬਾਰ। ਉਹਨਾਂ ਨੇ ਕਾਫੀ ਬੈਲ ਵੇਚੇ ਆ, 3-4 ਬੈਲ ਵੇਚੇ ਆ ਜੀ, ਤਿਆਰ ਕਰਕੇ ਔਰ ਦੜਾ ਕੇ ਵੇਚੇ। ਅੱਛਾ, ਉਹ ਤੁਹਾਡੇ ਕਿਹਦੇ ਦਿਲ ਲੱਗਿਆ ਜੀ ਬੈਲ? ਉਹ ਸਾਡੇ ਸਾਰਿਆਂ ਦੇ ਦਿਲ ਲੱਗਦਾ ਸੀਗਾ ਜੀ, ਸਾਡੇ ਬੈਲ ਨਾਲ ਭੱਜਦਾ ਰਿਹਾ, 2-3 ਕੱਪ ਨੀਲੇ ਬੈਲਾਂ ਨੇ ਚੱਕੇ ਸੀ, ਅਤੇ ਇਸ ਵਜ੍ਹਾ ਤੋਂ ਫਿਰ ਅਸੀਂ ਲੈ ਲਿਆ। ਹੇਠਲੀ ਕੰਨੀ ਅਤੇ ਉਤਲੀ 'ਤੇ ਜੀ? ਉਤਲੀ ਕੰਨੀ ਦੇ। ਇਹ ਕਬੂਤਰ ਬੈਲ ਉਤਲੀ ਕੰਨੀ ਦੇ ਦੌੜਦਾ? ਉਤਲੀ ਕੰਨੀ ਦੇ ਦੌੜਦਾ। ਅੱਛਾ, ਤੁਸੀਂ ਲਿਆਂਦਾ ਇੱਥੇ? ਹਾਂਜੀ। ਫਿਰ ਬਾਅਦ ਦੇ ਵਿੱਚ ਤੁਸੀਂ ਕਿੰਨੇ ਕੱਪ ਚੱਕੇ ਜੀ ਇਹਦੇ ਨਾਲ? ਅਸੀਂ ਇਹਦੇ ਨਾਲ ਤਕਰੀਬਨ ਜੀ ਮੇਰੇ ਹਿਸਾਬ ਨਾਲ ਕੋਈ 25-30 ਕੱਪ ਚੱਕੇ ਹੋਣੇ ਆ ਜੀ। ਅੱਲਾ ਖੈਰ ਕਰੇ, ਇਹਨੇ ਜ਼ਿਲ੍ਹਿਆਂ ਵਾਲੀਆਂ ਦੌੜਾਂ ਵੀ ਚੱਕੀਆਂ, ਤਕਰੀਬਨ ਗਾਜ਼ੀਆਬਾਦ ਚਿਸ਼ਤੀਆਂ ਤੱਕ ਦੌੜਿਆ ਜੀ, ਅਤੇ ਇੱਥੋਂ ਆਪਣੇ ਫੈਸਲਾਬਾਦ, ਟੋਭਾ, ਇਹ ਤਾਂ ਚੱਕਦਾ ਹੀ ਰਿਹਾ ਇੱਥੋਂ, ਮਾਸ਼ਾਅੱਲਾ ਨਾ ਕਾਫੀ ਕੱਪ ਚੱਕੇ ਜੀ ਇਹਨੇ। ਅਤੇ ਤੁਸੀਂ ਇਹਦਾ ਨਾ ਜੋੜ ਅਮੂਮਨ ਕਿਹੜੇ ਢੱਗੇ ਦਾ ਬਣਾਉਂਦੇ ਸੀ ਜੀ? ਇਹਦੇ ਨਾਲ ਕਾਫੀ ਢੱਗੇ ਦੌੜੇ ਜੀ, ਘਰ ਦਾ ਸਾਡਾ ਜੋੜ ਨਹੀਂ ਬਣਿਆ, ਆਪਣੇ ਜਦੋਂ ਤੋਂ ਲਿਆਂਦਾ ਅਸੀਂ, ਅਤੇ ਇਹ ਬਾਹਰਲਿਆਂ ਢੱਗਿਆਂ ਨਾਲ ਹੀ ਦੌੜਦਾ ਰਿਹਾ ਜੀ, ਕਦੀ ਗਾਜ਼ੀਆਬਾਦ ਵਾਲਿਆਂ ਨਾਲ ਦੌੜ ਲਿਆ, ਕਦੀ ਚਿਸ਼ਤੀਆਂ ਵਾਲਿਆਂ ਨਾਲ ਦੌੜ ਲਿਆ, ਕਦੀ ਇੱਥੇ ਕਿਸੇ ਫੈਸਲਾਬਾਦ ਵਾਲਿਆਂ ਨਾਲ ਜਾਂ ਟੋਭੇ ਵਾਲਿਆਂ ਨਾਲ ਦੌੜ ਲਿਆ। ਆਪਣੇ ਏਰੀਏ 'ਚ ਕੋਈ ਢੱਗੇ ਦੇ ਨਾਲ ਜੋੜ ਬਣਾਉਂਦੇ ਰਹੇ ਤੁਸੀਂ ਜੀ? ਜੀ, ਆਬਾਜ਼ ਨਾਲ ਵੀ ਬਣਾਇਆ, ਉਹਦੇ ਨਾਲ ਵੀ ਕੱਪ ਚੱਕਿਆ, ਅਤੇ ਉਹਨਾਂ ਦੇ ਘਰ ਵੀ ਚੱਕਿਆ ਸੀ, ਸਾਡੇ ਘਰ ਆਣ ਕੇ ਵੀ ਚੱਕਿਆ, ਜ਼ਿਲ੍ਹੇ ਦਾ ਵੀ ਚੱਕਿਆ, ਫਿਰ ਓਪਨ ਵੀ ਚੱਕਿਆ, ਅਤੇ ਉਸ ਤੋਂ ਬਾਅਦ ਆਪਣੇ ਹੋਰ ਕਈਆਂ ਬੈਲਾਂ ਨਾਲ ਦੌੜਿਆ ਜੀ, ਅਤੇ ਮਾਸ਼ਾਅੱਲਾ ਚੰਗਾ ਹੀ ਦੌੜਦਾ ਰਿਹਾ, ਅਤੇ ਕੱਪ ਵੀ 25-30 ਚੱਕੇ ਨੇ। ਅੱਛਾ, ਗਰਾਊਂਡ ਤੋਂ ਆਊਟ ਕਦੋਂ ਹੋਇਆ ਭਾਅ ਜੀ? ਇਹ ਜੀ ਪਿਛਲੇ ਸਾਲ ਗਰਮੀਆਂ ਦੀ ਗੱਲ ਆ ਜੀ, ਉਦੋਂ ਇਹ ਬਿਮਾਰ ਹੋਇਆ। ਵਜ੍ਹਾ ਕੀ ਬਣੀ ਜਦੋਂ? ਵਜ੍ਹਾ ਇਹਨੂੰ ਬਣ ਗਏ ਜੀ, ਅਸੀਂ ਬੋਲ ਦੜਾਏ ਸੀਗੇ, ਅਤੇ ਚਲੋ ਤੋਂ ਪਹਿਲਾਂ ਦੌੜ ਗਏ ਸੀ ਬੈਲ। ਅੱਛਾ ਜੀ। ਅਤੇ ਉਹ ਬੋਲ ਨੂੰ ਰੋਕਦੇ ਰਹੇ, ਅਤੇ ਰੋਕਣ ਦੀ ਵਜ੍ਹਾ ਤੇ ਉਤੋਂ ਨਾ ਮੁੜ ਕੇ ਫਿਰ ਦੁਬਾਰਾ ਉਸੇ ਵੇਲੇ ਗਰਮੀ ਬੜੀ ਸੀ, ਅਸੀਂ ਫਿਰ ਲੈ ਗਏ ਦੜਾਇਆ, ਅਤੇ ਇਹ ਆਣ ਕੇ ਬਿਮਾਰ ਹੋ ਗਿਆ ਦੁਬਾਰਾ ਜਦੋਂ ਦੜਾਇਆ। ਅੱਛਾ ਜੀ। ਹਾਂਜੀ, ਦੁਬਾਰਾ ਫਿਰ ਦੌੜਾਇਆ ਉਸੇ ਵੇਲੇ, ਅਤੇ ਫਿਰ ਇਹ ਨਾ ਦੌੜਿਆ, 2-3 ਖੇਤ ਦੌੜ ਕੇ, ਅਤੇ ਫਿਰ ਮੁੜ ਕੇ ਬਿਮਾਰ ਹੋ ਗਿਆ। ਅਤੇ ਇਹਨੂੰ ਹੁਣ ਹੋ ਗਿਆ ਜੀ 7-8-9 ਮਹੀਨੇ ਹੋ ਗਿਆ ਸਾਡੇ ਕੋਲ ਬਿਮਾਰ ਨੂੰ। ਅੱਛਾ, ਕੋਈ ਬਿਮਾਰੀ ਤੁਹਾਨੂੰ ਫਿਰ ਲੱਭੀ ਕਿ ਇਲਾਜ ਲੂਜ ਤੁਸੀਂ ਕਿਹਦੇ ਕੋਲ ਕਰਾਉਂਦੇ ਰਹੇ ਜੀ? ਬੜਾ ਇਲਾਜ ਕਰਾਇਆ ਜੀ, ਦੇਸੀ ਵੀ ਕਰਾਇਆ,
ਅੰਗਰੇਜ਼ੀ ਵੀ ਕਰਾਇਆ, ਆਪਣੇ ਫੈਸਲਾਬਾਦ ਤੋਂ ਡਾਕਟਰ ਵੀ ਸੱਦਿਆ ਅਤੇ ਹੋਰਾਂ ਡਾਕਟਰਾਂ ਕੋਲੋਂ ਦੇਸੀ ਇਲਾਜ ਵੀ ਕਰਾਏ ਹਕੀਮਾਂ ਕੋਲੋਂ, ਬਹਰਹਾਲ ਨਹੀਂ ਇਹਨੂੰ ਆਰਾਮ ਨਹੀਂ ਆਇਆ ਅਤੇ ਪਾਣੀ ਪੀਂਦਾ ਸੀ, ਪਾਣੀ ਕੱਢੀ ਜਾਂਦਾ ਸੀ, ਪਾਣੀ ਪੀਂਦਾ ਸੀ ਕੱਢੀ ਜਾਂਦਾ ਸੀ, ਕਿਸੇ ਨੂੰ ਇਹਦੀ ਸਮਝ ਹੀ ਨਹੀਂ ਆਈ। ਅਤੇ ਹੁਣ ਡਾਕਟਰ ਖਾਲਸ ਸਾਹਿਬ ਜੀ ਇੱਕ ਹੈਗੇ ਗੋਇਰੇ ਦੇ, ਅਤੇ ਉਹਨਾਂ ਨਾਲ ਅਸੀਂ ਰਾਬਤਾ ਕੀਤਾ, ਉਹ ਆਏ ਆ ਤਾਂ ਮਾਸ਼ਾਅੱਲਾ ਹੁਣ ਕਾਫੀ ਬਿਹਤਰ ਅੱਗੇ ਨਾਲੋਂ, ਤਾਂ ਉਮੀਦ ਮੈਨੂੰ ਬੜੀ ਅੱਲਾ ਦੇ ਘਰ ਦੀ ਵੀ ਮਹੀਨੇ ਡੇਢ ਮਹੀਨੇ ਤੱਕ ਇਨਸ਼ਾਅੱਲਾ ਗਰਾਊਂਡ ਦੇ ਵਿੱਚ ਜਾਊਗਾ। ਉਹ ਕਦੋਂ ਆਏ ਸੀ ਡਾਕਟਰ ਖਾਲਸ ਸਾਹਿਬ, ਕਿੰਨਾ ਚਿਰ ਹੋ ਗਿਆ ਇਲਾਜ ਸ਼ੁਰੂ ਕੀਤੇ ਨੂੰ? ਤਕਰੀਬਨ 15 ਕੁ ਦਿਨ ਹੋਗਾ ਜੀ, 15 ਤੋਂ 20 ਦਿਨ। ਅੱਛਾ ਜੀ। ਜੀ 15 ਤੋਂ 20 ਦਿਨ ਹੋਗਾ ਜੀ, ਅਤੇ ਇਨਸ਼ਾਅੱਲਾ ਮਹੀਨੇ ਡੇਢ ਤੱਕ ਉਮੀਦ ਆ ਮੈਨੂੰ ਵੀ ਗਰਾਊਂਡ 'ਚ ਦੌੜੂਗਾ ਇਨਸ਼ਾਅੱਲਾ ਅੱਲਾ ਦੇ ਹੁਕਮ। ਹਾਂਜੀ। ਅਤੇ ਉਹ ਜਿਹੜਾ ਜੀ ਆਪਣਾ ਜਿਹੜੀਆਂ ਸਰਫਰਾਜ ਸਾਹਿਬ ਆ ਜੀ 57 ਵਾਲੇ ਜੀ ਜੀ, ਉਹਨਾਂ ਦਾ ਚੀਨਾ ਬੈਲ ਜੀ, ਉਹ ਕਿਸ ਤਰ੍ਹਾਂ ਦਾ ਬੈਲ ਆ ਜੀ? ਬਹੁਤ ਅੱਛਾ ਬੈਲ ਆ ਜੀ, 93 ਵਾਲਿਆਂ ਦੇ ਘਰ ਵੀ ਬਹੁਤ ਦੌੜਿਆ ਬੈਲ, ਉਹ ਦੋਂਦੇ ਹੁੰਦੇ ਤੋਂ ਦੌੜਦਾ ਜੀ ਉਹ, ਅਤੇ ਦੋਂਦੇ ਹੁੰਦੇ ਉਹਦੇ ਕੱਪ ਚੱਕਦਾ ਉਹਨੇ। ਮੇਰਾ ਖਿਆਲ ਆ ਵੀ 8ਵਾਂ ਸਾਲ ਹੋਣਾ ਬੈਲ ਨੂੰ ਦੌੜਦੇ ਨੂੰ, ਅਤੇ 8 ਸਾਲ ਹੋ ਗਿਆ ਬੈਲ ਨੂੰ ਕੱਪ ਚੱਕਦੇ ਨੂੰ, ਅਤੇ ਹਰ ਜਾਣਾ ਕੋਈ ਵੱਡੀ ਗੱਲ ਨਹੀਂ ਜੀ, ਇਹ ਮੈਦਾਨ ਆ, ਮੈਦਾਨ ਦੇ ਵਿੱਚ ਕੋਈ ਵੀ ਹਰ ਸਕਦਾ ਵਾ, ਅੱਲਾ ਤਾਲਾ ਕਿਸੇ ਨੂੰ ਵੀ ਜਿੱਤ ਦੇ ਸਕਦਾ। ਪਰ ਉਸ ਬੈਲ ਨੇ ਬੜੇ ਕੱਪ ਚੱਕੇ ਜੀ, ਬਹੁਤ ਅੱਛਾ ਬੈਲ ਦੌੜਿਆ ਔਰ 2-3 ਸਾਲ ਤੋਂ ਉਹਨੇ ਕੱਪ ਦਿੱਤਾ ਹੀ ਕਿਸੇ ਨੂੰ ਨਹੀਂ। ਅੱਛਾ, ਹੁਣ ਇਸ ਟਾਈਮ ਜੀ ਅਸੀਂ ਦੇਖਦੇ ਹਾਂ ਜੀ, ਉਹ ਆਪਣਾ ਕੁਛ ਉਹਨੂੰ ਕੋਈ ਰੋੜਾ ਆਇਆ ਸੀਗਾ ਅਤੇ ਉਹ ਪਰੇਸ਼ਾਨੀ ਦਾ ਬੜਾ ਅਸੀਂ ਸਾਹਮਣਾ ਇਹਨਾਂ ਦਿਨਾਂ ਦੇ ਵਿੱਚ, ਹੁਣ ਕੁਛ ਬਿਹਤਰ ਹੋ ਰਿਹਾ ਜੀ, ਤੁਸੀਂ ਕੀ ਕਹੋਗੇ ਇਸ ਟਾਈਮ 'ਤੇ ਜੀ? ਸਾਡੀ ਇਹ ਦੁਆ ਜੀ, ਅੱਲਾ ਖੈਰ ਕਰੇ ਜੀ, ਮੈਦਾਨ ਦੇ ਵਿੱਚ ਆਵੇ, ਅੱਲਾ ਤਾਲਾ ਉਹਨੂੰ ਤੰਦਰੁਸਤੀ ਦੇਵੇ, ਅਤੇ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਆ, ਅਤੇ ਅੱਲਾ ਤਾਲਾ ਨੂੰ ਤੰਦਰੁਸਤੀ ਦੇਵੇ, ਉਹ ਮੈਦਾਨ 'ਚ ਆਵੇ ਦੌੜੇ। ਅਤੇ ਵੈਸੇ ਇੱਕ ਮੇਰਾ ਆਪਣੇ ਨਾ ਦੋਸਤਾਂ ਨਾਲ ਮਸ਼ਵਰਾ ਉਹਨਾਂ ਵਾਸਤੇ, ਬਈ ਬੈਲ ਨੇ ਬੜੇ ਕੱਪ ਚੱਕੇ ਆ, ਹੁਣ ਉਹਨੂੰ ਯਾਨੀ ਇਹਨਾਂ ਦੌੜਾਉਣਾ ਉਹਨਾਂ ਨੂੰ ਨਹੀਂ ਚਾਹੀਦਾ, ਇਸ ਤੋਂ ਵੀ ਬੈਲ ਹੁਣ ਪੁਰਾਣਾ ਹੋ ਗਿਆ ਵਾ ਅਤੇ ਬੈਲ ਕੋਲ ਹੁਣ ਤੇਜ਼ ਦੌੜ ਨਹੀਂ ਹੁੰਦਾ, ਅਤੇ ਇਸ ਤੋਂ ਬਈ ਬਾਕੀ ਉਹਨਾਂ ਦਾ ਆਪਣਾ ਮਸਲਾ ਜੀ ਘਰ ਦਾ, ਉਹ ਆਪਣੇ ਦੌੜਾਉਣ ਜਾਂ ਨਾ ਦੌੜਾਉਣ। ਅਤੇ ਬੜੇ ਕੱਪ ਚੱਕੇ ਜੀ, 2 ਸਾਲ ਇਹਨਾਂ ਦੇ ਘਰ ਆਣ ਕੇ ਵੀ ਕੱਪ ਚੱਕੇ ਉਹਨੇ, ਅਤੇ ਬਹੁਤ ਅੱਛਾ ਦੌੜਿਆ ਵਾ, ਅਤੇ ਇਹ ਜਿੱਦਾਂ ਕਹਿੰਦੇ ਹੁੰਦੇ ਨਾ ਬਈ ਭਰਿਆ ਮੈਦਾਨ ਜਿਹੜਾ ਨਾ ਛੱਡ ਦੇਣਾ ਚਾਹੀਦਾ। ਹਾਂਜੀ। ਅਤੇ ਬਾਕੀ ਉਹਨਾਂ ਦੀ ਮਰਜ਼ੀ ਆ ਜੀ, ਜਿੱਦਾਂ ਮਰਜ਼ੀ ਕਰ ਲੈਣ, ਉਹ ਦੌੜਾਉਣ ਨਾ, ਦੁਆਵਾਂ ਸਾਡੀਆਂ ਉਹਨਾਂ ਦੇ ਨਾਲ ਆ ਜੀ, ਇਨਸ਼ਾਅੱਲਾ ਅੱਲਾ ਤਾਲਾ ਉਹਨੂੰ ਤੰਦਰੁਸਤੀ ਦੇਵੇ ਜੀ। ਅਤੇ ਇਹ ਜਿਹੜਾ ਆਪਣਾ ਹੀਰਾ ਅਤੇ ਸ਼ਹਿਜ਼ਾਦਾ ਬੈਲ ਆ ਜੀ, ਲਾਸਟ ਟਾਈਮ ਤੁਸੀਂ ਮਾਸਟਰ ਜਵੇਦ ਵਾਲੀ ਦੌੜ 'ਚ ਦੌੜਾਇਆ ਸੀਗਾ, ਅਤੇ ਇੱਕ ਤੁਸੀਂ ਉਹਨਾਂ ਨੂੰ ਮੇਜ਼ਬਾਨਾਂ ਨੂੰ ਦਿੱਤਾ ਸੀ, ਇੱਕ ਸਰਗੋਧਾ ਬੈਕਰੀ ਵਾਲਿਆਂ ਨੂੰ ਜੀ। ਜੀ ਜੀ। ਅਤੇ ਹਾਰ ਗਿਆ ਸੀ ਜੀ, ਅਸੀਂ ਰਾਊਂਡ ਦੇ ਵਿੱਚ ਹੀ ਹਾਰ ਗਿਆ ਸੀ। ਅੱਛਾ ਜੀ। ਹੀਰਾ ਬੈਲ ਵੀ ਹਾਰ ਗਿਆ ਸੀ ਅਤੇ ਆਪਣੇ ਦੂਸਰਾ ਸ਼ਹਿਜ਼ਾਦਾ ਬੈਲ ਵੀ ਹਾਰ ਗਿਆ ਸੀ। ਉਸ ਤੋਂ ਬਾਅਦ ਨਹੀਂ ਕੋਈ ਦੌੜ ਦੌੜੀ ਜੀ ਤੁਸੀਂ? ਦੌੜੀ ਜੀ 14 ਤਰੀਕ ਨੂੰ ਅਸੀਂ ਆਪਣੇ ਦੋਨੋਂ ਦੌੜਾਏ ਸੀ। ਅੱਛਾ ਜੀ। ਉਹ ਦਿਨ ਵੀ ਅਸੀਂ ਵੀਡੀਓ 'ਤੇ ਹਾਰ ਗਏ ਸੀ ਆਪਣੇ ਨੀਲੇ ਬੈਲ ਕੋਲੋਂ, ਨਾਗਰੇ ਵਾਲੇ ਕੋਲ। ਅੱਛਾ ਜੀ। ਜੀ, ਰਾਣੇ ਮੁਰਸੀਨ ਵਾਲੇ ਕੋਲ। ਅਤੇ ਉਹ ਤੋਂ ਬਾਅਦ ਫਿਰ ਲਾਕਡਾਊਨ ਦੀ ਵਜ੍ਹਾ ਤੋਂ ਉੱਥੋਂ? ਹਾਂਜੀ, ਦੌੜਾਂ ਬੰਦ ਹੋ ਗਈਆਂ ਜੀ, ਹੁਣ ਰੋਜ਼ਿਆਂ ਤੋਂ ਬਾਅਦ ਇਨਸ਼ਾਅੱਲਾ ਅੱਲਾ ਖੈਰ ਕਰੇ ਜੀ, ਅਤੇ ਦੌੜਾਵਾਂਗੇ ਇਨਸ਼ਾਅੱਲਾ, ਅੱਲਾ ਖੈਰ ਕਰੇ। ਜੀ ਮੀਆਂ ਸ਼ਰਾਜ ਸਾਹਿਬ, ਬਹੁਤ ਜ਼ਿਆਦਾ ਸ਼ੁਕਰੀਆ ਜੀ, ਤੁਸੀਂ ਸਾਨੂੰ ਆਪਣੇ ਕੀਮਤੀ ਵਿਚਾਰ ਦੇ ਨਾਲ ਨਵਾਜ਼ਿਆ। ਅਤੇ ਦੋਸਤੋ, ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ, ਮਿਲਾਂਗੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ, ਅਤੇ ਅਗਲੀ ਵੀਡੀਓ ਦੇ ਵਿੱਚ ਵੀ ਅਸੀਂ ਤੁਹਾਨੂੰ ਪੰਜਾਬ ਦੀ ਸਕਾਫਤ ਦਾ ਕੋਈ ਨਾ ਕੋਈ ਰੰਗ ਵਿਖਾਵਾਂਗੇ। ਅਤੇ ਉਦੋਂ ਤੱਕ ਵਾਸਤੇ ਆਪਣਾ ਢੇਰ ਸਾਰਾ ਖਿਆਲ ਰੱਖਣਾ, ਅਤੇ ਸਾਨੂੰ ਦਿਓ ਜੀ ਇਜਾਜ਼ਤ। ਅੱਲਾ ਹਾਫਿਜ਼, ਅੱਲਾ ਨਿਗਹਿਬਾਨ, ਰੱਬ ਰਾਖਾ।